ਐਵੇਂ ਜੀ ਤਲਵਾਰ ਅਤੇ ਐਵੇਂ ਜੀ ਬਾਲਾ। ਟੁੱਟਾ ਬਾਲਾ ਹੈ, ਇਹ ਕਿਸੇ ਕੰਮ ਦਾ ਨਹੀਂ ਹੈ। ਅਤੇ ਅੱਜ ਤੁਹਾਨੂੰ ਇਹਦਾ ਇੱਕ ਕੰਮ ਦੱਸਾਂਗੇ ਕਿ ਕਿੰਨੇ ਕੰਮ ਦਾ ਹੈ। ਇਹਨੂੰ ਫੜੋ ਤਲਵਾਰ ਨੂੰ, ਇਹਨੂੰ ਕਿੱਲਾ ਕੜਨ ਦੀ ਜਾਂਚ ਤੁਹਾਨੂੰ ਸਿਖਾਈਏ। ਪਿੰਡਾਂ ਥਾਵਾਂ ਦੇ ਵਿੱਚ ਜੀ ਅੱਜ ਕੱਲ੍ਹ ਘਾਹ ਬੜਾ ਸਾਰਾ, ਅਤੇ ਉਹ ਘਾਹ ਚਾਰਨ ਵਾਸਤੇ ਜਿਹੜਾ ਨਾ ਮੱਝਾਂ ਨੂੰ ਨਾਲ ਰਾਖੀ ਰੱਖਣੀ ਪੈਂਦੀ। ਲੰਮਾ ਜਿਹਾ ਰੱਸਾ ਪਾਓ, ਕਿੱਲਾ ਇੱਕ ਜਗ੍ਹਾ ਠੋਕੋ, ਉਹਦੇ ਨਾਲ ਮੱਝ ਬੰਨ ਕੇ ਅਤੇ ਆ ਜਾਓ। ਹੁਣ ਅਕਸਰ ਲੋਕਾਂ ਨੂੰ ਕਿੱਲਾ ਬਣਾਉਣਾ ਨਹੀਂ ਆਉਂਦਾ ਜੀ। ਜੀ ਚੁੰਝ ਬਣਾਈ ਦੀ ਐਂਡ ਉੱਤੇ, ਤਾਂ ਕਿ ਕਿੱਲਾ ਜਿਹੜਾ ਨਾ ਬੜੀ ਆਸਾਨੀ ਦੇ ਨਾਲ ਥੱਲੇ ਜ਼ਮੀਨ ਦੇ ਵਿੱਚ ਖੁੱਭ ਜਾਏ। ਇੱਕ ਉੱਤੇ ਜਿਹੜਾ ਨਾ ਇੱਕ ਜਗ੍ਹਾ ਇਸ ਤਰ੍ਹਾਂ ਟੋਕਾ ਮਾਰ ਕੇ, ਅਤੇ ਇੱਕ ਖੁੰਗ ਜਿਹਾ ਬਣਾ ਲਈਦਾ ਕਿ ਰੱਸਾ ਬਾਹਰ ਨਾ ਨਿਕਲੇ। ਸਰਦਾਰ ਜੀ ਤੁਸੀਂ ਵਹਿੰਦੇ ਹੋ ਨਾ ਪਏ, ਇਹ ਸਰਦਾਰਾਂ ਦੀ ਕਿਰਪਾਨ ਹੈ ਜੀ। ਬਾਬਾ ਗੁਰੂ ਨਾਨਕ ਪੁਰੀ ਜਿਹੜੀ ਨਾ ਕਿਰਪਾਨ ਇਸਤੇਮਾਲ ਕਰਦੇ ਹੁੰਦੇ ਸਨ ਆਪਣੇ ਕਿੱਲੇ ਛਿੱਲੇ ਕੱਢਣ ਵਾਸਤੇ, ਇਹ ਉਸ ਜ਼ਮਾਨੇ ਦੀ ਸਾਡੇ ਕੋਲ ਚੱਲਦੀ ਆ ਰਹੀ ਹੈ। ਇਹ ਜੀ ਹੁਣ ਤੁਹਾਨੂੰ ਜ਼ਮੀਨ ਉੱਥੇ ਪੈਲੀ ਦੇ ਵਿੱਚ ਲੈ ਕੇ ਜਾਵਾਂਗੇ, ਕਿੱਲਾ ਠੋਕ ਕੇ ਮੱਝ ਬੰਨ ਕੇ ਅਤੇ ਉੱਥੇ ਚਾਰਨ ਦੀ ਜਾਇਜ਼ ਦੱਸਾਂਗੇ। ਆਓ ਜੀ ਚੱਲੀਏ। ਉਹੀ ਮੱਝ ਨਾਲ ਹੀ ਲੈ ਜਾਂਦੇ ਆ ਨਾ, ਫਿਰ ਮੱਝ ਲੈਣ ਆਉਣਾ? ਲੈ ਤਾਂ ਮੈਂ ਛੱਡ ਆਵਾਂ ਨਾ, ਜਾਂਦੇ ਆ ਉੱਥੇ ਰੱਖ ਜਾਓ। ਪਰ ਰੱਸਾ ਵੀ ਤਾਂ ਲਿਆਉਣਾ ਹੀ ਨਾ। ਕਿੱਥੇ ਜੀ? ਰੱਸਾ ਘਰ ਹੀ ਕਿਤੇ। ਮੱਝ ਲਿਆਵਾਂ ਖੋਲ ਕੇ? ਫਿਰ ਇਹ ਲੈ ਜਾਣਾ ਨਾਲ ਹੀ ਕਿੱਲਾ ਫੜ ਕੇ। ਚੱਲ ਚੱਲ ਆ ਵਾਪਸ ਆ ਵਾਪਸ। ਇਹ ਵਾ ਜੀ ਮੱਝ, ਇਹਨੂੰ ਹੁਣ ਅਸੀਂ ਲੈ ਕੇ ਚੱਲੇ ਹਾਂ ਜੀ ਜ਼ਮੀਨ ਦੇ ਵਿੱਚ, ਪਹਿਲੀ ਦੇ ਵਿੱਚ। ਇਹੋ ਜਿਹੀ ਕਿੱਲਾ ਹੁਣ ਅਸੀਂ ਲੱਗੇ ਹਾਂ ਇਹਦੇ ਜ਼ਮੀਨ ਦੇ ਵਿੱਚ ਠੋਕਣ। ਕਿੱਲਾ ਠੋਕ ਕੇ ਮੱਝ ਬੰਨ ਛੱਡਣੀ ਇੱਥੇ ਸਾਂ। ਇਹਨਾਂ ਦੇ ਭਰਾਵੋ, ਇੱਕ ਮੈਂ ਬੜੇ ਪਤੇ ਦੀ ਗੱਲ ਦੱਸਣ ਲੱਗਾ ਤੁਹਾਨੂੰ। ਉਹ ਇਹ ਗੱਲ ਇਹ ਵੇ ਕਿ ਧਰਤੀ ਨੂੰ ਮਾਂ ਕਿਹਾ ਜਾਂਦਾ। ਅਸੀਂ ਜਿੰਨੇ ਵੀ ਪੰਜਾਬੀ ਅਸੀਂ ਧਰਤੀ ਨੂੰ ਆਪਣੀ ਮਾਂ ਸਮਝਦੇ ਹਾਂ, ਉਹ ਕਿਉਂ ਸਮਝਦੇ ਹਾਂ? ਇਹ ਵੇਖੋ ਜੀ, ਇਹ ਮੱਝ, ਇਹਨੇ ਹੁਣ ਸਾਰਾ ਦਿਨ ਇਹਦੇ ਚੁਗਣਾ, ਇੱਥੇ ਘਾਹ ਸ਼ਾਹ ਜਿਹੜਾ ਜ਼ਮੀਨ ਦੇ ਉੱਤੇ ਘਾਹ ਬੂਟੀਆਂ ਛੂਟੀਆਂ ਨੇ ਇਹਨੇ ਖਾਣੀਆਂ ਨੇ। ਇਹਦਾ ਦੁੱਧ ਬਣਨਾ, ਦੁੱਧ ਅਸਾਂ ਫਿਰ ਇਹਦਾ ਚੋ ਕੇ ਉਹ ਪੀਣਾ, ਠੀਕ ਹੈ ਜੀ? ਇਸ ਵਾਸਤੇ ਧਰਤੀ ਸਾਡੀ ਮਾਂ ਵੇ, ਇਹਦੀ ਕਦਰ ਕਰਿਆ ਕਰੋ। ਇਹਦਾ ਉਹਦਾ ਜਿਹੜਾ ਕੋਈ ਗੰਦ ਛੰਦ ਅਸੀਂ ਪੇ ਪਾਉਂਦੇ ਹਾਂ, ਅਸੀਂ ਇਹਦੇ ਉੱਤੇ ਭੈੜੇ ਕੰਮ ਪੇ ਕਰਨੇ, ਇਹ ਕੰਮ ਨਾ ਕਰਿਆ ਕਰੋ। ਆਪਣੀ ਧਰਤੀ ਹੈ, ਆਪਣੀ ਧਰਤੀ ਦੀ ਪਹਿਚਾਣ ਕਰੋ, ਇਹਨੂੰ ਬਜਾਏ ਵੇਚਣ ਦੇ ਇਹਦੇ ਤੋਂ ਫਾਇਦਾ ਲਵੋ ਜੀ।